اعوذ باللہ من الشیطان الرجیم، بسم اللہ الرحمن الرحیم. ہزاروں لاکھوں کروڑوں درود نبی اکرم صلی اللہ علیہ وسلم پر اور آپ کی آل پر. دوستو، جمال پر سیدہ گجرات سے لالا جی ماجد آپ کی خدمت میں حاضر ہیں، اور میں اس وقت نہ سمجھتا ہوں پنجاب کا ایک بڑا خوبصورت چوک، میری مراد سید منیر حسین شاہ صاحب، سید خرم شاہ صاحب، میں ان کے ڈیرے پر موجود ہوں. دوستو، آج صبح جب سید خرم شاہ صاحب سے بات ہوئی تو میں نے انہیں یاد دہانی کروائی کہ گزشتہ سال مجھے بڑی اچھی طرح یاد ہے کہ کسی موسم میں سید منیر حسین شاہ صاحب نے اپنے چند دوستوں کے خلاف ایک صبح کا ایک گیدرنگ کر کے عام پارٹی آپ کا گرفتار کی. میں ان کے ڈیرے پر موجود ہوں اور اسی طرح چودھری کامران صاحب بھی اس محفل میں موجود ہیں، اور سید خرم شاہ صاحب وہ بھی اپنے ڈیرے پر موجود ہیں، اور دوستو عام بھی موجود ہیں، عام بھی موجود ہیں، اور چیف ایگزیکٹو جو ہے میں سمجھتا ہوں ڈیرے کا اکثر ایک نمائندہ ایک ایسا ہوتا ہے کہ کارے مختار آپ کہہ سکتے ہیں چودھری امتیاز، وہ بھی ہمارے ساتھ آج شریک محفل ہے. تو دوستو عام پارٹی ہم انشاءاللہ تھوڑی سی گپ شپ بھی ہوگی. اس کے ساتھ ساتھ دوستو گزشتہ تقریباً سید فراز شاہ صاحب یہ بھی تشریف فرمائے جی، ماشاء اللہ مدینہ سعیدہ سے افتخار شاہ صاحب کے فرزند. تو دوستو اس چھت نے گزشتہ تین چار سالوں سے آپ دیکھتے ہیں کہ متعدد بار ہم نے آپ کو اس چھت کا جو ہے وہ شوق بھی دکھایا، کبوتر اٹھتے بیٹھتے یہ تمام لمحات ہم نے آپ تک پہنچائے. حالیہ 2017 بیساکھ کی اگر میں بات کروں تو پانچویں اڑان میں میں سمجھتا ہوں اس چھت کے ساتھ ایک بڑی بیڈ لک ہوئی. اس دن اچھا
ਬੱਚੇ ਨੇ ਜੀ ਉਡਾ ਕੇ ਉਹਨਾਂ ਵੇਖ ਤੱਕ ਉਹਨਾਂ ਕੱਟ ਦਿੱਤੇ ਨੇ जी। थले अंब पाल्टी हो रही है जी سید منیر حسین شاہ صاحب سید صغیر حسین شاہ صاحب سید خرم حسین شاہ صاحب جی انہوں نے سامنے جی پروازی کبوتر نے جی تھلے جی مرغیاں دے کیج بنے نے جی ਕਾਲੇ ਹਾਂਜੀ ਕੱਢੇ ਜੇ ਬਸ ਥੋੜ੍ਹੀ ਕੱਢੋ ਆ ਜਾਓ
ਉਹ ਸਾਰੇ ਕਾਲੇ ਮੂਹ ਹਨ। ਅੱਛਾ ਕਾਲੇ ਮੂਹ ਇਹ ਵਹਾ ਲੈਂਦੇ ਹਨ। ਮਾਦੀਆਂ ਨੇ ਕਾਲੇ ਮੂਹਲੀ ਮਾਦੀਆਂ ਨੇ ਪਹਿਲੀਆਂ ਇਹ ਕਾਲੇ ਮੂੰਹ ਵਾਲੀਆਂ ਜੀ ਪਹਿਲੀਆਂ ਤਰੇ ਜਿਹੜੀਆਂ ਕਾਲੇ ਮੂੰਹ ਵਾਲੀਆਂ ਮਾਦੀਆਂ ਨੇ ਜੀ। ਕਲਮੂਹੀਆਂ ਮਾਦੀਆਂ ਜੀ ਮੇਰੇ ਕੋਲ ਹੈ ਦੋ ਤਰੇ ਮਾਦੀਆਂ ਨੇ ਨਰਸੀ ਭੈਣ ਤੋਂ ਬਿੱਲੀ ਚੁੱਕ ਕੇ ਲੈ ਗਈ ਬਹੁਤ ਸੋਹਣਾ ਨਰਸੀ ਕਾਲੇ ਮੂੰਹ ਵਾਲਾ ਕਾਲੇ ਮੂੰਹ ਵਾਲਾ ਨਾਰੇ ਜੀ ਹੈ ਪਿਓਰ ਕਾਲੇ ਮੂੰਹ ਵਾਲਾ ਜੀ ਡਰਦਾ ਬੜਾ ਵੇ ਅਸੀਂ ਨੇੜੇ ਨੇੜੇ ਜਾਂਦੇ ਹੈ ਦੋਵੇਂ ਇਕੱਠੇ ਨਹੀਂ ਹੋ ਗਏ ਕਿਹੜਾ ਇਹ ਜਿਹੜਾ ਇਹ ਜਿਹੜਾ ਇਹ ਵੀ ਕਾਲੇ ਮੂੰਹ ਵਾਲਾ ਜੀ ਇਹ ਪਿੱਛੇ ਇਸ ਜੇਠ ਵਿੱਚ ਵੀ ਉੱਡਿਆ ਜੀ ਕਾਲੇ ਮੂੰਹ ਵਾਲਾ ਜੀ ਇਹ ਵੀ ਅਸਲ ਹੈ ਜੀ ਕਾਲੇ ਮੂੰਹ ਵਾਲਾ ਇਹ ਵੀ ਅਸਲ ਹੈ ਜੀ ਕਾਲੇ ਮੂੰਹ ਵਾਲਾ ਜੀ ਇਹ ਵੀ ਕਾਲੇ ਮੂੰਹ ਵਾਲਾ ਜੀ ਇਹ ਸਾਰੇ ਨਰ ਨੇ ਜੀ ਪਹਿਲਾਂ ਤੁਹਾਨੂੰ ਮਾਦੀਆਂ ਵਾਹੀਆਂ ਨੇ ਹੁਣ ਤੁਹਾਨੂੰ ਨਰ ਪੇ ਵਹਾਨੇ ਆ ਜੀ ਪ੍ਰਵਾਸੀ ਨਰ ਨੇ ਜੀ ਇਹ ਬੋਲੇ ਬੋਲਣੇ ਤਾਂ ਦੱਸਣੇ ਪਏ ਸਾਰੇ ਕੁਝ ਦੱਸਣੇ ਪਏ ਸੈਦ ਮਨੀਰ ਸੈਨ ਸ਼ਾਹ ਸਾਹਿਬ ਸੈਦ ਸਗੀਰ ਸੈਨ ਸ਼ਾਹ ਸਾਹਿਬ ਸੈਦ ਖੁਰਮ ਸੈਨ ਸ਼ਾਹ ਸਾਹਿਬ ਜੀ ਉਹਨਾਂ ਦੇ ਪ੍ਰਵਾਸੀ ਕਬੂਤਰ ਨੇ ਜੀ ਇਹ ਜਮਾਲਪੁਰ ਸੈਦਾਂ ਤੋਂ ਜੀ ਇਹ ਤੁਹਾਨੂੰ ਵਿਖਾ ਰਹੇ ਹਾਂ ਜੀ
سید منیر حسین شاہ صاحب، سید صغیر حسین شاہ صاحب، سید خرم حسین شاہ صاحب جی، انہوں کی چھت جی اگے تمہیں مت نر پہ باندھے ہیں، ہوں ماتی ہیں جی، کالے منہ والی مادیاں نے جی سامنے، پکالا جی بچے نے، پکالا جی اے بچے نے، یہ بھی تیاری بچ نے، اے جی بچے نے جی تیاری واسطے چھڈے نے جی،
ਸਾਹਮਣੇ ਹੈ ਜੀ ਮੁਰਗਾਂ ਦੇ ਕੇਜ ਨੇ ਜੀ। ਸੈਦ ਖੁਰਮ ਸ਼ਾਹ ਸਾਹਿਬ ਹੋਰਾਂ ਨੂੰ ਮੁਰਗਾਂ ਦਾ ਸ਼ੌਕ ਹੈ ਜੀ, ਬਹੁਤ ਜ਼ਿਆਦਾ ਸ਼ੌਕ ਹੈ ਜੀ। ਸੈਦ ਸਗੀਰ ਸੈਨ ਸ਼ਾਹ ਸਾਹਿਬ, ਸੈਦ ਮਨੀਰ ਸੈਨ ਸ਼ਾਹ ਸਾਹਿਬ, ਸੈਦ ਖੁਰਮ ਸੈਨ ਸ਼ਾਹ ਸਾਹਿਬ ਜੀ, ਇਹ ਉਹਨਾਂ ਦੀ ਜਮਾਲਪੁਰ ਸੈਦਾਂ ਤੋਂ ਉਹਨਾਂ ਦੀ ਛੱਤ ਹੈ ਜੀ। ਉਹ ਭਾਕ ਵਾਲੇ ਹਾਂ ਸਾਹਮਣੇ ਬੈਠੇ ਆ ਜੀ, ਜਿਹੜੇ ਕਬੂਤਰਾਂ ਦੀ ਦੇਖਭਾਲ ਕਰਦੇ ਨੇ ਜੀ। ਆ ਜਾਓ, ਚਲੋ ਨਹੀਂ ਮੈਂ ਥੱਕਦਾ ਨਹੀਂ ਅਲਹਮਦੁਲਿਲਾਹ। ਦੋਸਤੋ ਆਜ ਆਪਨੇ ਜਮਾਲਪੁਰ ਸੈਦਾਂ ਸੇ, ਮੈਂ ਸਮਝਤਾ ਹੂੰ ਕਿ ਮੁਝੇ ਇਤਨੀ ਲੰਬੀ ਟੋੜੀ ਗਰਦਾਨ ਬਾਂਧਨੇ ਕੀ ਜ਼ਰੂਰਤ ਹੀ ਨਹੀਂ ਹੈ, ਅਮਲ ਜੋ ਹੈ ਵੋ ਬੋਲਤਾ ਹੈ। ਔਰ ਇਸ ਛੱਤ ਨੇ ਕਮਲੀ ਹਵਾਲਾ ਦੀਆ ਹੈ ਗੁਜ਼ਸ਼ਤਾ 3-4 ਸਾਲੋਂ ਮੇਂ। ਤੋ ਦੋਸਤੋ ਆਪ ਮੇਰੇ ਸਾਥ ਦੇਖ ਰਹੇ ਹੈ ਕਿ ਹਮਾਰੇ ਗੁਜਰਾਤ ਕਾ ਇੱਕ ਬੜਾ ਮਸ਼ਹੂਰ ਕਸਬਾ ਚੱਕਦੀਨਾ, ਵਹਾਂ ਸੇ ਤਲਕ ਉਸਤਾਦ ਬਹੁ ਮੁਖਤਿਆਰ, ਇਨਕੇ ਇੱਕ ਭਤੀਜਾ ਹੈ ਚੌਧਰੀ ਅਬੀਬ ਗੁਜਰ, ਜੋ ਕਿ ਦੁਬਈ ਮੇਂ ਸ਼ੌਕ ਕਰਤੇ ਹੈ, ਬੜੇ ਜਿਆਲੇ ਹੈ ਆਪਣੇ ਸ਼ੌਕ ਮੇਂ ਵੋ। ਚੋਈ ਸਾਹਿਬ ਵੀ ਕਾਫੀ ਅਰਸਾ ਸੇ ਮੈਂ ਦੇਖ ਰਹਾ ਹੂੰ, ਔਰ ਇਨਕਾ ਤਲਕ ਇੱਕ ਪ੍ਰੋਫੈਸਰ ਬਖੀਤ ਅਤੀਕ ਰੁਮੇਸੀ ਸੇ ਵੀ ਹੈ, ਬੜਾ ਪੁਰਾਣਾ ਇੱਕ ਦਰੀਨਾ ਤਲਕ ਹੈ, ਬੜੇ ਪੁਰਾਣੇ ਕਬੂਤਰ ਪਰਵਰ ਹੈ। ਇਨਸ਼ਾਅੱਲਾ ਕਭੀ ਮੌਕਾ ਮਿਲਾ ਤੋ ਇਨਕੇ ਪਾਸ ਵੀ ਆਪਕੋ ਬੜੀ ਅੱਛੀ ਸਟਾਫ ਦੇਖਨੇ ਕੋ ਮਿਲੇਗੀ। ਤੋ ਹਮ ਕਹਤੇ ਹੈ ਦੁਬਈ ਸੇ ਜਿਤਨੇ ਵੀ ਸ਼ੌਕੀਨ ਹਜ਼ਰਾਤ ਹੈ, ਤਮਾਮ ਸੈਦ ਬਰਾਦਰਾਨ ਕੀ ਤਰਫ ਸੇ, ਮੇਰੀ ਤਰਫ ਸੇ ਹਮ ਉਹਨੇ ਸਲਾਮ ਪੇਸ਼ ਕਰਤੇ ਹੈ। ਤੋ ਦੋਸਤੋ ਆਜ ਆਪਨੇ ਗੁਜਰਾਤ ਕਾ ਖੂਬਸੂਰਤ ਸ਼ੌਕ ਦੇਖਾ, ਔਰ ਇਸਕੇ ਸਾਥ ਸਾਥ ਹਮਾਰੀ ਮੈਂ ਸਮਝਤਾ ਹੂੰ ਕਿ ਜਿਸ ਮਹਿਫਲ ਮੇਂ ਵੀ ਹੋ ਚੌਧਰੀ ਇਰਸ਼ਾਦ, ਵੋ ਮਹਿਫਲ ਜੋ ਹੈ ਵੋ ਹਰੀ ਭਰੀ ਰਹਿਤੀ ਹੈ। ਇਜਾਜ਼ਤ ਦੀਜੀਏਗਾ, ਇਨਸ਼ਾਅੱਲਾ ਥੋੜ੍ਹੀ ਦੇਰ ਬਾਅਦ ਹਮ ਆਪਕੋ ਬੈਠਾ ਹੋਇਆ ਹੈ, ਔਰ ਵਾਕਈ ਇਸਨੇ ਬੜੀ ਜਾਂ ਪਛਾਣੀ ਸੇ, ਬੜੀ ਮਿਹਨਤ ਸੇ, ਇਹ ਗੁਜ਼ਸ਼ਤਾ 3-4 ਸਾਲੋਂ ਸੇ ਮੈਂ ਦੇਖ ਰਹਾ ਹੂੰ ਕਿ ਬੜੀ ਸਖ਼ਤ ਮਿਹਨਤ ਹੋਤੀ ਹੈ, ਔਰ ਇਹ ਅਕੇਲਾ ਆਦਮੀ ਜੋ ਹੈ, ਮਜ਼ੇ ਕੀ ਬਾਤ ਯੇ ਹੈ ਕਿ ਮੈਨੇ ਉਸਕੋ ਅਕੇਲੇ ਜੋ ਹੈ ਕਬੂਤਰੋਂ ਕੋ ਸੰਭਾਲਤੇ ਉੜਾਤੇ ਉਨਕੀ ਤਮਾਮ ਨਿਗਹਦਾਸ਼ਤ ਕਰਤੇ ਦੇਖਾ ਹੈ। ਤੋ ਇਹ ਜਿਤਨਾ ਕ੍ਰੈਡਿਟ ਜੋ ਹੈ ਇਸ